अस्सलाम वालेकुम दोस्तों, मैं तुहाडा वीर तुहाडा भरा मुहम्मद अवैस पट्टी, तुसी देख रहे हो पंजाबी विलेज लाइव। दोस्तों जिस तरह के तुसी देख रहे हो, मैं बरसीम दे पट्टे वढ रहा, पट्टे वढ के मैं पानी लाना आया इहनू। जे बरसीम जिहड़ा आ जिहनू बीमारी लग जांदी आ, जिहदे थल्लों गलन लग जांदा, सड़न लग जांदा, पीलापन आ जांदा आ, इहदे वास्ते किहड़ी दवाई आ जिहड़ी सानू इस्तेमाल करनी चाहीदी आ कि साडे पट्ठियां दी बीमारी खत्म हो जावे, टोरा करे। पट्ठे वढ के बाद दे विच मैं पानी लाना आ, तुहानू मैं दसांगा कि किहड़ी दवाई मैं इस्तेमाल कर रहा, उहदा बेहतरीन रिजल्ट आ, उह बहुत अच्छी आ इस बीमारी वास्ते जिहड़ी थल्लों फफूंदी लग जांदी आ, गलन लग जांदे आ, सड़न लग जांदे आ पट्ठे, ते पीलापन आ जांदा, टोरा नहीं करदा। उस दवाई दे नाल की चीज़ इस्तेमाल करिए कि साडे पट्ठे जिहड़े आ उह चारा घना होवे, उहदी जिहड़ी आ ना बढ़ोतरी उह ज़्यादा होवे। आ वीडियो एंड तक देखनी आ, अज तफसील नाल तुहानू मैं सारा कुछ दसांगा। हांजी, ते जनाब पट्ठे वढ लए आ, हुण बिजली चलाने आ ते नाले इहनूं ना जिहड़ा पानी लाने आ पट्ठियां नूं, तुहानू दिखाने आ कि किहड़ी दवाई आ जिहड़ी असीं अज इस्तेमाल करांगे, ते ताकि जिहड़े साडे पट्ठे आ उह बीमारी तों महफूज रहन, गलन सड़न तों महफूज रहन, उहनां बढ़ोतरी अच्छी होवे, सानूं जिहड़ा ना चारे दी कमी ना आवे। क्योंकि अज कल जिहड़ा ना पट्ठियां नूं चारे नूं बीमारी जिहड़ी लग जांदी आ, उह सुकण लग जांदे आ, फफूंदी लगण लग जांदी आ उहनां नूं, उहदी वजह तों ना साडा चारा जिहड़ा उह खराब हो जांदा, उहदे च बीमारी आ जांदी आ। जानवर खांदा नहीं, अगर जानवर खांदा आ उह बीमार हो जांदा, उहदे मूँह चों पानी चलण लग जांदा आ। अगर चारा ठीक होएगा तो साडा जानवर भी ठीक होएगा। बिजली ते आ गए आपां जी जनाब, ताला खोलदे आ, मोटर चलाने आ, नाले तुहानू मोटर दा जिहड़ा ना सैटअप उह दिखाने आ। ताला इहनूं चंगा लाया होया, क्योंकि अगे दो वारी ना चोरी हो गई आ, एक वारी आ कुंडा कट लै गए, ते दूजी वारी छत जिहड़ी आ उह पाड़ी आ। हुण छत भी पक्की करवाई आ, ते जिहड़ा ना ताला इह वी जंजीर नवां लिया के लाया। ਹਾਂਜੀ, ਤਾਂ ਬਿਜਲੀ ਹੈਗੀ ਆ, ਮੋਟਰ ਚਲਾਉਂਦੇ ਹਾਂ। ਹਾਂਜੀ, ਤਾਂ ਜਨਾਬ ਹੈਗੀ ਆ ਦਵਾਈ ਬਾਇਰ ਕੰਪਨੀ ਦੀ ਇਲੀਅਟ, ਇਹ 250 ਗ੍ਰਾਮ ਦਾ ਪੈਕਟ ਆ, ਇਹਦੀ ਕੀਮਤ ਹੈਗੀ ਆ 950 ਰੁਪਏ, ਅਤੇ ਅਸੀਂ ਇੱਕ ਦਿਹਾੜੇ ਵਾਸਤੇ, ਚਾਰ ਕਨਾਲ ਵਾਸਤੇ ਇਸਤੇਮਾਲ ਕਰਨਾ। ਇਹ ਸਾਡੇ ਧਾਨ, ਟਮਾਟਰ, ਆਲੂ, ਖਰਬੂਜ਼ਾ ਵਗੈਰਾ ਜਿਹੜਾ ਉਹਦੇ ਵਿੱਚ ਸੋਕਾ ਪੈ ਜਾਂਦਾ, ਇਹ ਉਹਦੇ ਵਾਸਤੇ ਵੀ ਬਿਹਤਰੀਨ ਆ। ਅਤੇ ਉਸ ਤੋਂ ਬਾਅਦ ਸਬਜ਼ੀਆਂ ਨੇ, ਪਿਆਜ਼ ਆ, ਸਿਟਰਸ ਆ, ਅਤੇ ਉਹਨਾਂ ਚੀਜ਼ਾਂ ਵਾਸਤੇ ਬਹੁਤ ਅੱਛਾ ਆ। ਕੋਰੀਅਨ ਪ੍ਰੋਡਕਟ ਆ, ਅਤੇ ਬਾਹਰ ਕੰਪਨੀ ਦੀ ਮਾਸ਼ਾਅੱਲਾ ਜਿੰਨੀਆਂ ਵੀ ਪ੍ਰੋਡਕਟ ਨੇ ਸਾਰੀਆਂ ਬਿਹਤਰੀਨ ਨੇ। ਇਹਨੂੰ ਇਸਤੇਮਾਲ ਕਰਨ ਦਾ ਇਹਨੂੰ ਜਿਹੜਾ ਨਾ ਉਹ ਤਰੀਕਾ ਕੀ ਹੈ, ਦੇਖੋ ਇਹਨੂੰ ਫਾੜਾਂਗੇ, ਫਾੜ ਕੇ ਇਹ ਦਵਾਈ ਤੁਸੀਂ ਨਾ ਹੱਥ ਤੋਂ, ਅੱਖ ਨੂੰ, ਮੂੰਹ ਨੂੰ ਲਾਉਣ ਤੋਂ ਬਚਾਉਣੀ ਆ, ਇਹ ਲੱਗੇ ਨਾ ਜ਼ਹਿਰ ਹੈਗੀ ਆ। ਇਹ ਪਾਣੀ 2-3 ਲੀਟਰ ਪਾਣੀ ਲੈਣਾ, ਉਹਦੇ ਵਿੱਚ ਇਹਨੂੰ ਪਹਿਲੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ। ਕੋਟੀ ਦੀ ਮਦਦ ਨਾਲ ਉਹਨੂੰ ਵਿੱਚ ਮਿਕਸ ਕਰੋ ਅੱਛੀ ਤਰ੍ਹਾਂ। ਹਾਂਜੀ, ਉਹ ਦਵਾਈ ਜਿਹੜੀ ਇਲੀਅਟ ਆ ਉਹ ਅਸੀਂ ਮਿਕਸ ਕਰ ਲਈ ਹੈਗੀ ਆ ਅਲੱਗਾ ਪਾਣੀ ਦੇ ਵਿੱਚ। ਆ ਦੂਜੀ ਪ੍ਰੋਡਕਟ ਹੈਗੀ ਆ ਮਲਟੀਪਲਾਇਰ ਪੋਟਾਸ਼ੀਅਮ, ਇਹਦੀ ਇਹ ਸਲਾਹੀਅਤ ਆ ਕਿ ਜਿਹੜੀਆਂ ਅਸੀਂ ਖਾਦਾਂ ਲਾਈਆਂ ਹੁੰਦੀਆਂ ਆਪਣੀ ਜ਼ਮੀਨ ਨੂੰ, ਰੇਤਲੀ ਜ਼ਮੀਨ ਆ, ਚਿਕਨੀ ਜ਼ਮੀਨ ਆ, ਉਹਨਾਂ ਨੂੰ ਜਿਹੜੀ ਨਾ ਸਾਡੀ DAP ਖਾਦ ਉਹਨੂੰ ਪੁੱਟ ਕੇ ਆ ਜਿਹੜੀ ਆ ਬਿਹਤਰੀਨ ਤਰੀਕੇ ਨਾਲ ਅੱਗੇ ਜਿਹੜੀ ਫਸਲ ਆ ਉਹਨੂੰ ਸਰਵ ਕਰਦੀ ਆ। ਇਹ ਪੋਟਾਸ਼ੀਅਮ ਹੈਗਾ ਆ, ਬਿਹਤਰੀਨ ਪ੍ਰੋਡਕਟ ਆ ਇਹ ਵੀ। ਇੱਕ ਦਿਹਾੜੇ ਵਾਸਤੇ ਇਹ 4 ਲੀਟਰ ਹੈਗਾ ਆ, ਇਹਨੂੰ ਸਾਨੂੰ ਨਾਲ ਮਿਕਸ ਕਰਨਾ, ਅਤੇ ਉਹ ਜਿਹੜੀ ਆ ਨਾ 10 ਕਿਲੋ ਯੂਰੀਆ ਨਾਲ ਉਹ ਜਿਹੜੀ ਆ ਉਹ ਲਾਜ਼ਮੀ ਇਸਤੇਮਾਲ ਕਰਨੀ ਆ ਤੁਸੀਂ, ਕਿਉਂਕਿ ਯੂਰੀਆ ਜਿਹੜੀ ਆ ਨਾ ਉਹ ਸਿਰ ਚਾਰੇ ਦੀ ਬੜੋਤਰੀ ਵਾਸਤੇ ਬਿਹਤਰੀਨ ਹੁੰਦੀ ਆ। ਜਦੋਂ ਵੀ ਦਵਾਈ ਲਾਈਦੀ ਆ ਉਹ ਇੱਕ ਵਾਰੀ ਚਾਰੇ ਨੂੰ ਜਿਹੜਾ ਨਾ ਉਹ ਆਪਣਾ ਅਸਰ ਦਿਖਾਉਂਦੀ ਹੁੰਦੀ ਆ, ਅਤੇ ਯੂਰੀਆ ਤੁਸੀਂ ਨਾਲ ਜਿਹੜੀ ਆ ਉਹ ਲਾਜ਼ਮੀ ਇਸਤੇਮਾਲ ਕਰਨੀ ਆ। ਮੈਂ ਯੂਰੀਆ ਦਾ ਇਹਦੇ ਵਿੱਚ ਛੱਟਾ ਦੇ ਚੁੱਕਿਆ, ਛੱਟਾ ਵੀ ਦੇ ਸਕਦੇ ਹੋ, ਡਰੰਮ ਦੇ ਵਿੱਚ ਵੀ ਇਸਤੇਮਾਲ ਕਰਦੇ ਹੋ ਉਹ ਵੀ ਬਿਹਤਰੀਨ ਆ। ਹੁਣ ਅਸੀਂ ਡਰੰਮ ਦੇ ਵਿੱਚ ਪਹਿਲੇ ਪਾਣੀ ਪਾਉਂਦੇ ਹਾਂ, ਹਾਂਜੀ, ਅਤੇ ਪਾਣੀ ਦਾ ਅਸੀਂ ਅੱਧਾ ਡਰੰਮ ਕਰ ਲਿਆ। ਹੁਣ ਜਿਹੜੀ ਆ ਸਾਡੀ ਦਵਾਈ ਆ ਇਲੀਅਟ, ਇਹ ਅਸੀਂ ਇਹਦੇ ਵਿੱਚ ਇਸਤੇਮਾਲ ਕਰਦੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਥੱਲੇ ਜੰਮੀ ਨਾ ਰਹਿ ਜਾਵੇ। ਔਰ ਡਰੰਮ ਦੇ ਵਿੱਚ ਤੁਸੀਂ ਜਦੋਂ ਵੀ ਇਹ ਪਾਣੀ ਆ ਸਭ ਤੋਂ ਪਹਿਲੇ ਵਿੱਚ ਪਾਣੀ ਪਾਉਣਾ, ਇੱਦਾਂ ਨਹੀਂ ਸੁੱਟਣੀ ਇਹ ਥੱਲੇ ਜੰਮ ਜਾਂਦੀ ਹੈ। ਹੁਣ ਅਸੀਂ ਜਨਾਬ ਆ ਗੇਲਣ ਆ ਜਿਹੜਾ ਉਹ ਵਿੱਚ ਇਸਤੇਮਾਲ ਕਰਦੇ ਹਾਂ। ਥੋੜ੍ਹਾ ਮੁਸ਼ਕਲ ਖੁੱਲ ਰਿਹਾ ਆ, ਕਈ ਦੀ ਮਦਦ ਨਾਲ ਖੋਲ੍ਹ ਲਿਆ। ਇਹ ਗੇਲਣ ਅਸੀਂ ਇਸਤੇਮਾਲ ਕਰਨ ਲੱਗੇ ਹਾਂ, ਇਹ ਬਿਹਤਰੀਨ ਪ੍ਰੋਡਕਟ ਨੇ। ਜਿਹੜੀ ਇਲੀਅਟ ਆ ਨਾ ਇੰਤਹਾਈ ਮੁਅੱਸਰ ਦਵਾ ਹੈਗੀ ਆ।
इनू अच्छी तरह हिला लेना क्योंकि ये दवाई रह जाती है। हुण असीं बाकी दा ड्रम भर दांगे पानी उपरों होर पा के सोटे की मदद नाल इनू हिलावांगे मिक्स करांगे सारे ताकि अच्छी तरह एक जान हो जाए। हुण असीं इहदी टूटी छड़ दें जिन्नी क सानू चाहिए आ सानू हिसाब किताब होना चाहिए कि किले वास्ते आ तो इन्नी क छड़नी आ दुआड़े नू लाना तो इन्नी क छड़नी है। लो जनाब इन्नी क टूटी छड़ दित्ती आ दुआड़े वास्ते बहुत आ। इहदा जिहड़ा पीलापन आ जिहड़ा इहदा गलना सड़ना आ वह इंशाला ख़त्म हो जाएगा जिस तरह के तुसी आ देख रहे हो। देखो ना चारा किन्ना पीला होया खड़ा है। ये उस चीज़ नू इस्तेमाल करो तुसी जिहड़ा मैं तुहानू दस्या आ मल्टीप्लायर नाल इलियट नाल 10 किलो एक दुआड़े वास्ते यूरिया जिहड़ी आ खाद और लाजमी इस्तेमाल करनी आ। अगर तुहाडा एक किला आ ते तुसी 20 किलो यूरिया इस्तेमाल करनी आ और जिहड़ा इलियट दा पैकेट आ उह तुसी 500 ग्राम वाला इस्तेमाल करना। इंशाला इंशाला तुहाडी जिहड़ी फसल आ बेहतरीन होगी चारा जिहड़ा तुहाडा उह बेहतरीन होगा तुहाडा चारा गलूगा नहीं सड़ूगा नहीं। देखो माशाला लहसुन भी माशाला किन्ना प्यारा खड़ा गोडी इनू कर ली आ अज इनू खाद भी पाई आ। ये खाद हुण जिहड़ी इनू सिटी आ ना उह थोड़ी जी गुवारा सिटी आ ताकि थल्यों मोटा होवे। हाँ जी तो दोस्तों उम्मीद करदा भरावां नूं अज दी वीडियो पसंद आई होगी। वीडियो पसंद आई होवे लाइक करो चैनल नूं सबसक्राइब करो बैल आइकन दे बटन नूं लाजमी दबाना ताकि जिहड़ी आने वाली नवीं वीडियो उहनां दा नोटिफिकेशन तुहानूं मिलदा रहे ते कमेंट दे विच अपनी जिहड़ी कीमती राय हुंदा इजहार जरूर कीता करो। तो मैं तुहानूं फिर मशवरा दांगा कि अपनी फसल की अच्छी पैदावार वास्ते उहनां नूं जिहड़ियां खादां तुसीं पाउंदे हो उहनां दा अच्छा जिहड़ा वो तुहानूं रिजल्ट मिले उहदे वास्ते तुसीं जिहड़ा ना मल्टीप्लायर होमियोकेसिड इस्तेमाल करो और अपनी फसल नूं गलन सड़न तो महफूज रखने वास्ते मिर्चा ने सब्जी आ प्याज आ खरबूजा आ या फिर तुहाड़ा चारा आ बरसीम जिहड़ा गल सड़ जांदा उहदे वास्ते इलियट बायर कंपनी की जिहड़ी प्रोडक्ट बहुत अच्छी आ। इन्नी महंगी भी नहीं गी 950 रुपए की यह आ 700 रुपए का होमियोकेसिड आ 4 लीटर ए यूरिया नालों सस्ता आ ते यूरिया नालों इहदा रिजल्ट जिहड़ा वह दुगना आ। तो इंशाला तुहाडे नाल दुबारा मुलाकात होगी एक नवी वीडियो दे विच एक नवे टॉपिक दे विच। उदों तक अपने भरा मुहम्मद अवैस नूं दिओ इजाजत ते अपनी दुआवां च याद रखियो। अल्लाह हाफिज़।